ਮੰਮੀ ਸਾਡੇ ਕੋਲੋਂ ਤੇ ਇੱਕ ਡੱਬਾ ਵੀ ਨਹੀਂ ਸਰਿਆ, ਘੱਟੋ ਘੱਟ ਲੱਡੂਆਂ ਦਾ ਹੀ ਲੈ ਕੇ ਕੱਚੇ ਕੰਮ ਨਾ ਕਰਿਆ ਕਰੋ, ਪਤਾ ਕਿੰਨੀ ਬੇਇੱਜ਼ਤੀ ਉੱਥੇ ਹੁੰਦੀ ਹੈ। ਕਮ ਸੇ ਕਮ ਤੁਸੀਂ ਮੇਰੇ ਨਾਲ ਹੀ ਗੱਲ ਕਰ ਲੈਂਦੇ, ਮੈਂ ਹੀ ਚੇਤਾ ਕਰਾ ਦਿੰਦੀ ਉਹਨਾਂ ਨੂੰ। ਫਿਰ ਇਹ ਕੀ ਗੱਲ ਕਰਨ ਦੇ, ਉਹ ਵਿਆਹ ਦੀ ਗੱਲ ਕਰਦੇ ਹੋਣੇ ਜਿੱਥੋਂ ਬੋਲਚਾਲ ਸ਼ੁਰੂ ਹੋ ਗਿਆ। ਫਿਰ ਬਿੱਟੂ ਕਿਹੜਾ ਬੋਲਚਾਲ? ਬਿੱਟੂ ਦੀ ਦੁਕਾਨ ਤੇ ਸੌਦਾ ਲੈਣ ਵਾਸਤੇ ਉਹ ਆਖਣ ਡਿਆ ਸੀ ਤੁਹਾਡੀ ਦਰਾਣੀ ਆਈ ਹੈ। ਚਾਚੀ ਉਹ ਕਦੋਂ? ਇੰਨੇ ਜੋਗੇ ਨੀ ਹੈਗੀ, ਬਾਕੀ ਰਹੀ ਗੱਲ ਫੋਨ ਦੀ, ਉਹ ਅੱਜ ਹੀ ਰਾਤ ਫੋਨ ਸਿੱਧੀ ਤਰ੍ਹਾਂ ਦੱਸਦੇ ਫੋਨ ਕਿੱਥੇ ਪਿਆ ਵਾ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨੀ ਹੋ। ਕਿਹੜੇ ਫੋਨ ਦੀ ਗੱਲ ਕਰਦੇ ਪਏ ਹੋ, ਨਾਲੇ ਕਿਹੜੀ ਮੇਰੀ ਸਕੀ, ਕੀ ਗੱਲਾਂ ਕਰਦੇ ਪਏ ਹੋ? ਕੋਈ ਨੀ ਮੈਂ ਕਰ ਦਿੰਦੀ ਹਾਂ ਉਹਨੂੰ ਫੋਨ। ਆਹੋ ਚਲੋ ਦੇਖਾਂ ਕਿੱਦਾਂ ਭਗਤ ਇਕੱਠੇ ਹੋਏ ਆ, ਘਰੇ ਤੇ ਪਾਪ ਕਰਨ ਡਏ ਹੋ, ਬਾਹਰ ਜਾ ਕੇ ਸੇਵਾ ਕਰਨ ਡਏ ਹੋ, ਕਿੱਥੇ ਰੱਬ ਬਖਸ਼ੂਗਾ ਤੁਹਾਨੂੰ। ਫੋਨ ਵੀ ਬੰਦ ਹੋ ਗਿਆ ਵਾ, ਚਾਰਜ ਲਾਈਦਾ ਵਾ। ਭਾਬੀ ਤੂੰ ਚੰਗਾ ਇਹਦਾ ਰਿਸ਼ਤਾ ਕਰਾਇਆ ਵਾ, ਇਹਨੂੰ ਤੇ ਦੀਨ ਦੁਨੀਆ ਹੀ ਭੁੱਲੀ ਪਈ ਆ, ਲੱਗ ਗਿਆ ਮੁੰਡਾ ਖਲੋਤਾ ਤੇ ਵੇਖ ਕਿੱਦਾਂ ਲੰਘ ਗਿਆ, ਇਹ ਨਹੀਂ ਵੀ ਉਹਨੂੰ ਚੁੱਕ ਲਾਂ, ਇਹ ਤੇ ਮੁੰਡਾ ਭੱਜਿਆ ਗਿਆ ਸਗੋਂ, ਤੇ ਇਹਦੇ ਹਵਾ 'ਚ ਹੀ ਹੋ ਗਿਆ ਵਾ। ਅਸੀਂ ਤਾਂ ਠਾਕਾ ਹੀ ਲੱਗਾ ਵਾ, ਉਹਨੇ ਤਾਂ ਹਵਾ 'ਚ ਹੋਣਾ ਹੀ ਆ, ਉਹ ਤਾਂ ਅੱਡੀ ਨਹੀਂ ਪੁੰਜੇ ਲੱਗਣ ਡਈ, ਮੇਰਾ ਤਗੜੇ ਘਰ ਰਿਸ਼ਤਾ ਹੋ ਗਿਆ, ਵਿਆਹ ਹੋਊਗਾ ਫਿਰ ਵੇਖਿਓ ਕੀ ਕਰਦਾ। 2% ਹੀ ਰਹਿ ਗਈ ਬੈਟਰੀ। ਕੋਈ ਨਾ ਕੋਈ ਗੜਬੜ ਤੇ ਹੈ।
ਉੱਠੀ ਦਾ ਹੈ ਆ ਕੀ ਮੈਂ ਪਹਿਲਾਂ ਹੀ ਸੋਚਣ ਦੀ ਕਿ ਕੋਈ ਨਾ ਕੋਈ ਗੜਬੜ ਤੇ ਹੈ ਨਾ ਵੱਡਾ ਧੋਖਾ ਮੇਰੇ ਨਾਲ ਹੈਲੋ ਹਾਂਜੀ ਕੌਣ ਕੌਣ ਦੀਦੀ ਬੋਲਦੇ ਪਏ ਹੋ ਤੁਸੀਂ ਕੌਣ ਗੱਲ ਕਰਦੇ ਪਏ ਓਹੋ ਕੀ ਹੋ ਗਿਆ ਵਾ ਮੈਂ ਅਨੂ ਗੱਲ ਕਰਦੀ ਪਈ ਹਾਂ ਸੁੱਖੀ ਦੀ ਮੰਗੇਤਰ ਬੋਲੋ ਕੁਛ ਚੁੱਪ ਹੀ ਹੋ ਗਏ ਹੋ ਮੇਰੀ ਸੁੱਖੀ ਨਾਲ ਗੱਲ ਕਰਾਓ ਕੀ ਹੋ ਗਿਆ ਤੁਸੀਂ ਰੋਣ ਕਿਉਂ ਡੇ ਹੋ ਬੋਲੋ ਕੁਛ ਨਾ ਤਾਂ ਕੀ ਕਰਾਂ ਮੇਰੇ ਨਾਲ ਤੇ ਧੋਖਾ ਹੋ ਗਿਆ ਮੈਂ ਤੇਰੇ ਨਾਲ ਨਹੀਂ ਹੋਣ ਦਊਂਗੀ ਧੋਖਾ ਕਿੱਦਾਂ ਦਾ ਧੋਖਾ ਤੁਸੀਂ ਬੋਲਦੇ ਕੌਣ ਪਏ ਹੋ ਭੈਣੇ ਮੈਂ ਸੁੱਖੀ ਦੀ ਘਰ ਵਾਲੀ ਗੱਲ ਕਰਦੀ ਪਈ ਹਾਂ ਘਰ ਵਾਲੀ ਉਹਦੀ ਘਰ ਵਾਲੀ ਕਿੱਥੋਂ ਆ ਗਈ ਭੈਣੇ ਤੂੰ ਘਰ ਵਾਲੀ ਦੀ ਗੱਲ ਕਰਦੀ ਪਈ ਹੈ ਉਹ ਤੇ ਪਿਓ ਵੀ ਬਣਨ ਵਾਲਾ ਆ ਕੋਈ ਗੱਲ ਨਹੀਂ ਭੈਣੇ ਜੇ ਤੂੰ ਮੇਰੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਈ ਹੈ ਨਾ ਤੇ ਜ਼ਿੰਦਗੀ ਮੈਂ ਤੇਰੀ ਵੀ ਨਹੀਂ ਬਰਬਾਦ ਹੋਈ ਲੈਂਦਾ ਹਾਏ ਮੈਂ ਕੀ ਕਰਾਂ ਹੁਣ ਮੇਰੀ ਜ਼ਿੰਦਗੀ ਜੀਣ ਦਾ ਕੋਈ ਮਕਸਦ ਨਹੀਂ ਹੈ ਮੇਰੇ ਤੇ ਮਾਂ ਪਿਓ ਵੀ ਨਹੀਂ ਹੈ ਤੇ ਨਾ ਮੇਰਾ ਘਰ ਵਾਲਾ ਬਣਿਆ ਮੇਰਾ ਮੈਂ ਨਹੀਂ ਜੀ ਸਕਦੀ ਜੇ ਹੁਣ ਮੈਂ ਜ਼ਿੰਦਗੀ ਜੀਊਂਗੀ ਵੀ ਤੇ ਮੇਰੀ ਜ਼ਿੰਦਗੀ 'ਚ ਸਿਰਫ ਇੱਕ ਪਛਤਾਵਾ ਹੀ ਰਹਿ ਜਾਣਾ ਆ ਮੈਨੂੰ ਜੀਣ ਦਾ ਕੋਈ ਹੱਕ ਨਹੀਂ ਹੈ ਹੁਣ ਜੇ ਮੈਂ ਜੀਊਂਗੀ ਵੀ ਤੇ ਆਪਣੇ ਬੱਚੇ ਦੀ ਜ਼ਿੰਦਗੀ ਵੀ ਖਰਾਬ ਕਰੂੰਗੀ ਜੇ ਮੈਂ ਇਸ ਬੱਚੇ ਨੂੰ ਜਨਮ ਦਿੱਤਾ ਉਹ ਵੀ ਵਿਚਾਰਾ ਨਰਕ ਭੋਗਣ ਜੋਗਾ ਰਹਿ ਜਾਏਗਾ ਮੈਂ ਨਹੀਂ ਰਹਿ ਸਕਦੀ ਮੈਂ ਨਹੀਂ ਜੀ ਸਕਦੀ ਇਹਨੂੰ ਕਿਉਂ ਗਿਆ ਵਾ ਹਏ ਕਿੱਧਰ ਭੱਜੀ ਜਾਂਦੀ ਰੋਣ ਡਈ ਦੀਦੀ ਰੋਣ ਡਈ ਹਾਂ ਚੰਗੀ ਭਲੀ ਕਮਰੇ 'ਚ ਬੈਠੀ ਇੰਨਾ ਵੱਡਾ ਧੋਖਾ ਮੈਨੂੰ ਤੇ ਯਕੀਨ ਨਹੀਂ ਆਉਣ ਡਿਆ ਇਹ ਇਦਾਂ ਦਾ ਕੰਮ ਕਰ ਸਕਦਾ ਮੇਰੇ ਨਾਲ ਕੋਮਲ ਤਾਂ ਮੇਰੀ ਭੈਣ ਸੀ ਨਾ ਕੋਮਲ ਨੇ ਵੀ ਮੇਰੇ ਨਾਲ ਇੰਨਾ ਵੱਡਾ ਧੋਖਾ ਕੀਤਾ ਸਤਿ ਸ਼੍ਰੀ ਅਕਾਲ ਜੀ ਅਨੂ ਅਨੂ ਕੀ ਗੱਲ ਹੋਈ ਹੈ ਸੁੱਖੀ ਤੁਹਾਡਾ ਫੋਨ ਕਿੱਥੇ ਆ ਫੋਨ ਮੇਰਾ ਓਹੋ ਉਹ ਨਾ ਫੋਨ ਚਾਰਜ ਲਾਇਆ ਸੀ ਘਰ ਉੱਥੇ ਰਹਿ ਗਿਆ ਪਰ ਤੁਸੀਂ ਕੁ ਪੁੱਛਣ ਡੇ ਹੋ ਓਹੋ ਤੁਸੀਂ ਫੋਨ ਕਰਦੇ ਹੋਣੇ ਨਾ ਮੈਂ ਲੇਟ ਹੋ ਗਿਆ ਸੀ ਅਸਲ 'ਚ ਸੋਰੀ ਯਾਰ ਮੈਂ ਨਾ ਸੱਚੀ ਲੇਟ ਬੜਾ ਹੋ ਗਿਆ ਸੀ ਸੁੱਖੀ ਮੈਂ ਤੁਹਾਨੂੰ ਗੱਲ ਪੁੱਛਾਂ ਇੱਕ ਮੈਨੂੰ ਸੱਚ ਸੱਚ ਦੱਸਿਓ ਤੁਹਾਡੀ ਲਾਈਫ 'ਚ ਕੋਈ ਹੋਰ ਤਾਂ ਨਹੀਂ ਹੈ ਅਨੂ ਇਹ ਕਿੱਦਾਂ ਦਾ ਕੁਸ਼ਚਨ ਹੋਇਆ ਬਈ ਨਾਲੇ ਮੇਰੀ ਲਾਈਫ 'ਚ ਹੋਰ ਕੌਣ ਹੋਊਗਾ ਤੇਰੇ ਤੋਂ ਇਲਾਵਾ ਕੀ ਹੋਇਆ ਤੈਨੂੰ ਹਜੇ ਵੀ ਸੋਚ ਲਓ ਤੁਸੀਂ ਸੱਚ ਬੋਲਣ ਦਿਓ ਪੱਕਾ ਤੁਸੀਂ ਮੇਰੇ ਨਾਲ ਅਨੂ ਇੱਦਾਂ ਦੀ ਕੋਈ ਗੱਲ ਨਹੀਂ ਆ ਤੂੰ ਤੇ ਖਾਮ ਖਾਈ ਬਸ ਹਾਂ ਤੇਰੀ ਘਰ ਵਾਲੀ ਨੇ ਹੀ ਫੋਨ ਚੁੱਕਿਆ ਸੀ ਮੇਰੀ ਹੋ ਗਈ ਉਹਦੇ ਨਾਲ ਸਾਰੀ ਗੱਲ ਉਹਨੇ ਮੈਨੂੰ ਸਾਰਾ ਕੁਛ ਦੱਸਤਾ ਏ ਇਸ ਕਰਕੇ ਮੈਂ ਰਿਸ਼ਤਾ ਇੱਥੇ ਤੋੜਦੀ ਪਈ ਹਾਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈਗਾ ਅਨੂ ਮੇਰੀ ਸੱਚੀ ਕੋਈ ਵਾਈਫ ਨਹੀਂ ਹੈਗੀ ਸ਼ਰਮ ਕਰ ਮਾਂ ਬਣਨ ਵਾਲੀ ਆ ਉਹ ਧਿਆਨ ਰੱਖ ਉਹਦਾ ਜਾ ਕੇ ਉਹੀ ਹੀ ਜਿਹੜੀ ਤੇਰੇ ਚੱਕਰਾਂ 'ਚ ਫਸ ਗਈ ਆ ਤੇਰੀ ਇੱਥੇ ਨਹੀਂ ਦਾਲ ਗਲਦੀ ਹੈਗੀ ਮੈਂ ਪੜ੍ਹੀ ਲਿਖੀ ਆ ਕੋਈ ਪਾਗਲ ਨਹੀਂ ਹੈਗੀ ਮੈਂ ਸ਼ੁਕਰ ਕਰ ਮੈਂ ਪਰਚਾ ਨਹੀਂ ਪਵਾਇਆ ਤੇਰੇ ਤੇ
ਇੱਕ ਨਾ ਇੱਕ ਦਿਨ ਇਹ ਹੋਣਾ ਹੀ ਸੁੱਖੀ ਤੇਰੇ ਨਾਲ। ਜੇ ਤੂੰ ਕਿਸੇ ਨਾਲ ਮਾੜਾ ਕਰਦਾ ਰੱਬ ਤੇਰੇ ਨਾਲ ਕਿੱਦਾਂ ਚੰਗਾ ਕਰ ਦੂ। ਤੂੰ ਕਦੇ ਇਹ ਨਹੀਂ ਸੋਚਿਆ ਉਹ ਆਪਣੀ ਮਤਰਈ ਮਾਂ ਤੋਂ ਦੁਖੀ ਆਈ, ਉਹ ਵੀ ਇੱਕ ਮੇਰੇ 'ਤੇ ਆਸ ਲਾ ਕੇ ਕਿ ਮੈਨੂੰ ਸੁਖੀ ਸੁਖੀ ਰੱਖੂਗਾ। ਸੁਖੀ ਤੇਰੇ ਕੋਲ ਅਜੇ ਵੀ ਮੌਕਾ ਵਾ, ਤੂੰ ਆਪਣੀ ਗਲਤੀ ਨੂੰ ਸੁਧਾਰ ਸਕਦਾ ਵਾ। ਆਪਣਾ ਨਹੀਂ ਤੇ ਉਹਦੇ ਸੋਚ ਲਾ। ਕੀ ਰੌਲਾ ਪਾਇਆ ਤੁਸੀਂ? ਚੀਕ ਚਿੰਗਾੜਾ ਕਾਹਦਾ ਪਾਇਆ ਜੀ? ਮੰਮੀ ਨੇ ਮਿੱਟੀ ਦਾ ਤੇਲ ਪਾ ਲਿਆ, ਮਾਰ ਚੱਲੀ ਜੇ ਮੰਮੀ। ਓਏ ਰੱਬਾ, ਸਾਨੂੰ ਮਾਫ ਕਰ ਦੇ ਸਾਰਿਆਂ ਨੂੰ, ਮੈਂ ਵੀ ਆ ਜਨਾਨੀਆਂ ਦੇ ਮਗਰ ਲੱਗ ਗਿਆ। ਮੈਂ ਕੀ ਕਰਾਂ ਵੀਰੇ, ਮੈਂ ਤੇ ਜਿੱਦਣ ਪਹਿਲੇ ਦਿਨ ਆਈ ਸੀ ਨਾ ਤੁਹਾਨੂੰ ਦੇਖ ਕੇ ਲੱਗਾ ਸੀ ਕਿ ਮੈਨੂੰ ਮੇਰਾ ਵੀਰ ਮਿਲ ਗਿਆ, ਪਰ ਨਹੀਂ, ਕੋਈ ਇਸ ਲਾਇਕ ਨਹੀਂ ਹੈਗਾ ਇੱਥੇ। ਕਰਨ ਭੈਣ ਬਣ ਕੇ ਸਾਨੂੰ ਮਾਫ ਕਰ ਦੇ, ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ, ਅਸੀਂ ਸਾਰੇ ਲਾਲਚ ਚ ਆ ਗਏ ਸੀ। ਤੁਸੀਂ ਕਿਉਂ ਮਾਫੀ ਮੰਗਣ ਦੇ ਜੇ?
ਸਭ ਤੋਂ ਵੱਡਾ ਗੁਨਾਹਗਾਰ ਤੇ ਮੈਂ ਹੀ ਆ ਤੈਨੂੰ ਤੇਰਾ ਜਿਹੜਾ ਤੈਨੂੰ ਇਦਾਂ ਲੈ ਕੇ ਆਇਆ ਤੇ ਤੈਨੂੰ ਇਸ ਹਾਲਾਤ ਚ ਮੈਂ ਤੈਨੂੰ ਫਿਰ ਛੱਡਿਆ ਮੈਨੂੰ ਮਾਫ ਕਰ ਦੇ ਤਰਨ ਮੇਰੇ ਕੋਲ ਬਹੁਤ ਹੈ ਕੱਪੜੇ ਕੁਪੜੇ ਬਦਲ ਬਾਹਰ ਆ ਸੁਮਨ ਲਿਆ ਪਾਣੀ ਦਾ ਗਲਾਸ ਇਹਦੇ ਵਾਸਤੇ ਲੈ ਤਰਨ ਪਾਣੀ ਪੀ ਮੰਮੀ ਹੁਣ ਨਾ ਮੇਰੀ ਗੱਲ ਸੁਣੋ 2-4 ਮਹੀਨੇ ਰਹਿ ਗਏ ਆ ਹੁਣ ਆਪਾਂ ਸੇਵਾ ਹੀ ਕਰਨੀ ਆ ਬਸ ਅਸੀਂ ਅੱਗੇ ਬੜੀਆਂ ਗਲਤੀਆਂ ਕਰ ਬੈਠੇ ਹੁਣ ਗਾਂ ਅਸੀਂ ਕੋਈ ਗਲਤੀ ਨਹੀਂ ਕਰਨੀ ਹੈਗੀ ਲੋਕੀ ਧੀਆਂ ਪੁੱਤਰ ਮੰਗ ਲੈਂਦੇ ਨੇ ਤੇ ਮੈਂ ਇਹਨੂੰ ਧੱਕੇ ਮਾਰਨ ਡਈ ਮੇਰਾ ਕਿਹੜੇ ਯੁੱਗ ਭਲਾ ਹੋਣਾ ਹੈ ਬੜੀ ਵੱਡੀ ਗਲਤੀ ਕਰਨ ਲੱਗੇ ਮੰਮੀ ਆਪਾਂ